ਨਹੀਂ ਇਹ ਕੀ ਚੱਕਰ ਕੀ ਪੈ ਰਿਹਾ? ਕੱਲ ਉੱਥੇ ਭੈਣ ਚੋ 4 ਲੱਖ ਰੁਪਏ ਦੀ ਚੋਰੀ ਹੋ ਗਈ ਹੈ। ਪੜ ਤਾਂ ਲਿਆ ਪਰ ਉਹ ਰਿਕਵਰੀ ਹੋ ਗਈ, ਪਰ ਇਹ ਕੀ ਚੱਕਰ ਪੈ ਰਿਹਾ? ਕਦੇ ਭੈਣ ਕਦੇ ਚੈਨਾ ਖੋਈ ਜਾ ਰਹੀ ਹੈ, ਕਦੇ ਕਾਂਟੇ ਖੋਈ ਜਾ ਰਹੇ, ਭੈਣ ਪਹਿਲੀ ਵਾਰ ਹੋ ਰਿਹਾ। ਤੇ ਮਾਂ ਇਹ ਕਿਹੋ ਜਿਹੀ ਸਰਕਾਰ ਆਈ ਹੈ, ਮੈਂ ਤਾਂ ਹੈਰਾਨ ਹਾਂ। ਤੇਰੀ ਕਿਆ ਚੈਨ ਚੋਰੀ ਹੋ ਗਿਆ? ਚੈਨ ਪਰ ਉਹ ਚੱਕਰ ਹੁਣ ਕਾਰ ਚੋਰੀ ਹੋ ਗਈ ਹੈ, ਉਹ ਕਿਤੇ ਹੁੰਦੇ ਕੱਲ ਮੋਬਾਈਲਾਂ ਦੀ ਚੋਰੀ ਹੋਈ ਹੈ। ਸਰਕਾਰ ਆਈ ਹੈ ਕਿਆ ਆਈ ਹੈ? ਇਹ ਰਲਿਆ ਹੋਇਆ ਜਿਹੜਾ ਇੱਥੋਂ ਦਾ MLA, ਉਹ ਰਲਿਆ ਹੋਇਆ। ਇਹ MLA ਦਾ ਜਿਹੜਾ ਘਰ ਵਾਲਾ ਨਾ, ਇਹ ਸਾਰੇ ਰਲੇ ਹੋਣ ਮੈਂ। 10-15 ਲੱਖ ਹੋਈਆਂ ਹਫ਼ਤਾ ਹੋ ਗਿਆ ਇਸ ਗੱਲ ਨੂੰ, ਕੋਈ ਕਾਰਵਾਈ ਹੋਈ? ਕੋਈ ਕਾਰਵਾਈ ਨਹੀਂ ਹੋਈ, ਕੋਈ ਅਖਬਾਰ ਹੀ ਨਹੀਂ ਆਇਆ ਕਿਸੇ ਦੀ ਆਇਆ। ਸਾਡੇ ਘਰ ਚੋਰੀ ਹੋਈ ਹੈ ਜਾਂ ਸਾਡੇ ਨਾਲ ਵਾਰਦਾਤ ਹੋਈ ਹੈ, ਇਹ ਹਾਲਾਤ ਹੈ ਜੀ ਪ੍ਰਸ਼ਾਸਨ ਦੇ ਰਾਜਪੁਰੇ ਦੇ ਵਿੱਚ। ਇਹ ਤਾਂ ਇੱਕ ਮਹੱਲੇ ਦਾ ਹਾਲ ਹੈ ਜੀ, ਤੁਸੀਂ ਦੇਖੋ ਰਾਜਪੁਰੇ ਦੇ। ਰਾਜਪੁਰੇ ਚ ਲਾ ਐਂਡ ਆਰਡਰ ਬਿਲਕੁਲ ਸਥਿਤੀ ਖਤਮ ਹੋ ਚੁੱਕਿਆ, ਮੈਂ ਤਾਂ ਇਹ ਗੱਲ ਕਹਿ ਸਕਦਾ। ਰੋਜ਼ ਹੀ ਕਿਸੇ ਕਈ ਲੇਡੀਜ਼ ਦੇ ਵਾਲੀਆਂ ਉਤਰ ਰਹੀਆਂ, ਕਈਆਂ ਦੇ ਚੈਨਾ ਉਤਰ ਰਹੀਆਂ ਰੋਜ਼। ਹੁਣ ਤੁਸੀਂ ਦੇਖ ਲਓ ਇੱਥੇ ਗੱਡੀ ਚੋਰੀ ਚੋਰੀ ਹੋ ਗਈ, ਅਤੇ ਕੱਲ੍ਹ ਸਾਡੇ ਇੱਥੇ ਮਾਵਿਨ ਮਾਰਕੀਟ 'ਚ ਮੋਬਾਈਲਾਂ ਦੇ ਦੁਕਾਨ 'ਤੇ ਸਰੇਆਮ ਚੋਰੀ ਹੋਈ ਹੈ, ਉੱਥੇ ਵੀ ਮੈਂ ਜਾ ਕੇ ਆਇਆ। ਅਤੇ ਰਾਜਪੁਰੇ 'ਚ ਮੈਂ ਇੰਨੀ ਗੱਲ ਕਹਿ ਸਕਦਾ ਵੀ ਇਹ ਜਦੋਂ ਦੀ ਇਹ ਸਰਕਾਰ ਆਈ ਹੈ ਆਮ ਆਦਮੀ ਪਾਰਟੀ ਦੀ, ਉਸ ਦਿਨ ਦਾ ਇਹ ਕੰਮ ਚੱਲ ਰਿਹਾ। ਸਭ ਤੋਂ ਵੱਧ ਜਿਹੜਾ ਇਹ ਲੁੱਟ ਖੋਹ ਸਾਰੇ ਚੋਰੀਆਂ ਇਹ ਰਾਜਪੁਰੇ ਚੋਰੀ ਹੈ। ਇਹ ਸਾਰੀ ਜਿਹੜੀ ਮੈਂ ਹੁਣ ਰਾਜਨੀਤੀ 'ਚ ਕੋਈ ਗੱਲ ਨਹੀਂ ਕਰਨਾ ਚਾਹੁੰਦਾ ਵੀ ਇਹ ਆਪ ਰਲੇ ਹੋਏ ਨੇ ਜਿਹੜੇ ਇੱਥੇ ਦੇ MLA। ਦੇਖੋ ਜੀ ਕਮੈਂਟ ਵੀ ਆ ਰਹੇ, ਲੋਕ ਰਾਤ ਦਾ ਵੀ ਦੱਸ ਰਹੇ ਵੀ ਸਾਡੀ ਕਾਰ ਚੋਰੀ ਹੋਈ, ਇੱਕ ਕਹਿੰਦਾ ਸਾਡੇ ਘਰ ਹੋਈ, ਇੱਕ ਕੱਲ੍ਹ 4-6 ਵਜੇ ਭੋਗਲਾ ਰੋਡ ਤੇ ਲੁੱਟਿਆ ਗਿਆ। ਇਹ ਕੱਲ ਦੀਆਂ ਵਾਰਦਾਤਾਂ ਜੀ ਕਮੈਂਟ ਕਰਕੇ ਦੱਸ ਰਹੇ ਜੀ ਲੋਕ ਨਾਲ ਦੇ ਨਾਲ ਲਾਈਵ 'ਚ। ਤੇ ਹੋ ਕੀ ਰਿਹਾ? ਪੁਲਿਸ ਪ੍ਰਸ਼ਾਸਨ ਸੁੱਤਾ ਹੋਇਆ, ਸਮਝ ਨਹੀਂ ਆ ਰਹੀ। ਇਹਨਾਂ MLA ਨੇ ਥਾਣੇ ਠੇਕੇ ਤੇ ਚੜਾਏ ਹੋਏ, ਕਿਹਦੇ ਕੋਲ 4 ਲੱਖ, ਕਿਹਦੇ ਕੋਲ 3 ਲੱਖ, ਇਹ ਤਾਂ ਕੰਮ ਚੱਲ ਰਿਹਾ ਇੱਥੇ। ਮੈਂ ਲੋਕਾਂ ਨੂੰ ਕਹੂੰਗਾ ਸੜਕਾਂ ਤੇ ਆਓ, ਇਹਨਾਂ ਦੇ ਖਿਲਾਫ਼ ਜਲੂਸ ਕੱਢੋ, ਤਾਂ ਇਹ ਸਿੱਧੇ ਹੋਣਗੇ, ਨਹੀਂ ਤਾਂ ਤੁਹਾਡੇ ਨਾਲ ਵਾਰਦਾਤਾਂ ਹੋਣਗੇ ਰਹਿਣ। ਕਮਾਲ ਹੋ ਗਿਆ, ਚਾਰ ਦਿਨ ਪਹਿਲੇ ਦਿਨ ਦਿਹਾੜੇ ਨੂੰ ਨਾ ਗੱਲ ਸੁਣ ਲਓ, ਇਹਦਾ ਹੱਲ ਕੱਢੋ, ਨਹੀਂ ਤਾਂ ਅਸੀਂ ਸੜਕਾਂ ਤੇ ਉਤਰਾਂਗੇ ਸਾਰੇ।
ਸਰ ਜੀ MLA ਦੇ ਘਰ ਦੇ ਬਾਹਰ ਮੇਰੀ ਕੁੜੀ ਦਾ ਫੋਨ ਖਿੱਚ ਕੇ ਗਏ ਨੇ, ਉਹਦਾ ਵੀ ਤੇ ਉਹਦੀ ਸਹੇਲੀ ਦਾ ਵੀ। 15,000 ਰੁਪਏ ਦਾ ਉਹਦਾ ਫੋਨ ਸੀ ਦੀਵਾਲੀ ਤੇ ਲਿਆ ਕੇ, 30,000 ਰੁਪਏ ਦਾ ਉਹਦੀ ਸਹੇਲੀ ਦਾ ਫੋਨ ਸੀਗਾ। ਮੇਰੇ ਕਹਿੰਦੇ ਹਫਤਾ 10 ਦਿਨ ਵੀ ਨੀ ਹੋਏ ਕਿਸੇ ਨਾਲ ਵੀ, ਕੋਈ ਧੱਕਾ ਹੁੰਦਾ, ਕੋਈ ਲੁੱਟ ਖੋ ਹੁੰਦੀ ਹੈ, ਕੋਈ ਕੁਛ ਹੁੰਦਾ, ਤੁਸੀਂ ਸਾਨੂੰ ਆ ਕੇ ਮਿਲੋ, ਮੇਰਾ ਨੰਬਰ ਤੁਸੀਂ ਲੈ ਲਓ, ਸਾਰਿਆਂ ਨੂੰ ਤੁਹਾਡੇ ਕੋਲ ਪਹਿਲੀ ਗੱਲ ਤਾਂ ਨੰਬਰ ਹੈਗਾ। ਨਹੀਂ ਕੀ ਚੱਕਰ ਕੀ ਪੈ ਰਿਹਾ, ਕੱਲ ਉੱਥੇ ਭੈਣ ਚੋ 4 ਲੱਖ ਰੁਪਏ ਦੀ ਚੋਰੀ ਹੋ ਗਈ ਹੈ ਉੱਥੇ ਆਪਣੇ, ਇਹ ਕੀ ਕਹਿੰਦੇ ਜਿਹੜੀ ਮਹਾਵੀਰ ਮੰਦਰ ਰੋਡ ਤੇ ਜਾ ਰਹੀ ਹੈ, ਫੜ ਤਾਂ ਲਿਆ ਪਰ ਉਹ ਰਿਕਵਰੀ ਹੋ ਗਈ। ਨਹੀਂ ਕੱਲ ਮੇਰੀ 4 ਸਾਲ ਨਾਲ ਗੱਲ ਹੋਈ ਸੀ, ਉਹ ਕਹਿੰਦੇ ਰਿਕਵਰੀ ਵੀ ਕਰਾ ਦਾਂਗੇ। ਪਰ ਇਹ ਕੀ ਚੱਕਰ ਪੈ ਰਿਹਾ, ਕਦੇ ਭੈਣ ਕਦੇ ਚੈਨਾ ਖੋਈ ਜਾ ਰਹੀ ਹੈ, ਕਦੇ ਕਾਂਟੇ ਖੋਈ ਜਾ ਰਹੇ, ਭੈ ਪਹਿਲੀ ਵਾਰ ਹੋ ਰਿਹਾ, ਇਹ ਮਾਂ ਜੀ ਕਿਹੋ ਜਿਹੀ ਸਰਕਾਰ ਆਈ ਹੈ, ਮੈਂ ਤਾਂ ਹੈਰਾਨ ਹਾਂ। ਤੇਰੀ ਕਿਆ ਚੈਨ, ਚੈਨ ਚੋਰੀ ਹੋ ਗਈ, ਚੈਨ ਕਰੋ ਚੈਨ ਹੁਣ ਕਾਰ ਚੋਰੀ ਹੋ ਗਈ ਹੈ, ਉਹ ਕਿਤੇ ਹੁੰਦੇ ਕੱਲ ਮੋਬਾਈਲਾਂ ਦੀ ਚੋਰੀ ਹੋਈ ਹੈ, ਦੁਕਾਨ ਤੇ ਤਾਲਾ ਤੋੜ ਕੇ ਕੱਲ ਸਰੇਆਮ ਇਹਦੇ ਦਿਨੇਸ਼ ਕਹਿੰਦੀ ਆਪਣਾ ਯਾਰ ਇਹ ਆਲਾ ਉਹਦੇ ਬੇਟੇ ਦੀ ਦੁਕਾਨ ਹੈ ਮੋਬਾਈਲਾਂ ਦੀ, ਰਾਹ ਕੱਲ ਦਿੱਤਾ ਤੀ ਗੈਸ ਬੈਂਚ ਸਰਕਾਰ ਆਈ ਹੈ ਕਿਆ ਆਈਏ ਰੋਜ਼ ਰੋਜ਼ ਦਾ ਕੰਮ ਰੋਜ਼ ਦਾ ਕੰਮ ਹੋ ਗਿਆ, ਰੋਜ਼ ਦਾ ਕਦੇ ਕਿਤੇ ਕਾਂਟੇ ਕਦੇ ਕੁਛ। ਆਪਣਾ ਦਿਨੇਸ਼ ਕਿਤਾ ਹੈ, ਦਿਨੇਸ਼ ਕੁਛ ਸਜੋਂ ਦੇ ਕੱਲ ਉਹਨਾਂ ਦੀ ਦੁਕਾਨ ਤੇ ਮੋਬਾਈਲਾਂ ਦੀ ਚੋਰੀ ਦੀ 4 ਲੱਖ ਦੀ, 2.5 ਲੱਖ ਦੀ, 10-15 ਲੱਖ ਦੀਆਂ ਚੀਜ਼ਾਂ ਚੋਰੀ ਹੋਣ ਲੱਗ ਗਏ ਤਾਂ ਆਮ ਆਦਮੀ ਕਿਆ ਕਰੇਗਾ, 3-4 ਕਾਰਡ ਪੱਕੇ ਆ, ਕੋਈ ਚੀਜ਼ ਹੀ ਨਹੀਂ ਲਏਗਾ, ਕੋਈ ਚੀਜ਼ ਹੀ ਨਹੀਂ ਲੇਗਾ ਮੁੜ ਕੇ ਦੁਬਾਰਾ। ਜੇ ਮੈਂ 10-10 ਲੱਖ ਦੀਆਂ ਚੋਰੀਆਂ ਹੋਣ ਲੱਗ ਗਈਆਂ ਤਾਂ ਇਹਨਾਂ ਦਾ ਜਲੂਸ ਕੱਢਣਾ ਪਊਸੇ ਚੋਰ ਪੁੱਤੀ ਨਹੀਂ ਇਹ ਰਲਿਆ ਖੜੇ ਨਾਲ ਮੰਡੀ ਸਾਰੇ ਰਾਜਪੁਰੇ ਚ ਦਿੰਦੇ ਤੁਹਾਡੀ ਦੁਕਾਨ ਤੇ ਵੀ ਚੋਰੀ ਦੀ ਹੈ, ਕਿਵੇਂ ਕਿਥਾਂ? ਅੱਛਾ ਕਿੰਨੇ ਦੀ ਚੋਰੀ ਦੀ ਹੈ?
15 ਵੀ ਟਾਇਰ ਜਾ ਗਏ ਆਓ ਜੀ ਆਓ ਨੰਦਾ ਜੀ ਰੋਜ਼ ਦਾ ਕੰਮ ਥਿਆ ਪੇ ਨਾ ਪੁਲਿਸ ਆਈ ਘੜੀ ਰੋਜ਼ ਦਾ ਕੰਮ ਹੈ ਰੋਜ਼ ਕੱਲਾ ਇੱਥੇ ਦਾ ਕਹਿੰਦੀ ਆਇਆ ਖੜੇ ਪਤਾ ਉੱਥੇ ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਕਿੰਨੇ ਕੱਢੋ ਸੀ ਇਹ ਬਾਟੀਆ ਇਧਰ ਬਾਟੀਆ ਕੋਲ ਕੰਮ ਕਰਦਾ ਹੈਗਾ ਉਹਦੇ ਕੋਲ ਸਵੇਰੇ ਰਾੜ ਮਾਰੀ ਹੈ ਤੇ ਮੋਬਾਈਲ ਖਿੱਚ ਕੇ 3000 ਰੁਪਏ ਖਿੱਚ ਕੇ ਲੈ ਗਏ ਨੇ ਇੱਕ ਉਹਦੇ ਨਾਲ ਮੁੰਡਾ ਉਹਦੇ ਵੀ 3000 ਰੁਪਏ ਖਿੱਚ ਕੇ ਲੈ ਗਏ ਨੇ ਦੇਖ ਸਕਦੇ ਹੋ ਜੀ ਤੁਸੀਂ ਇੱਥੇ 30 ਬੰਦੇ ਖੜੇ ਹੈ 30 ਚੋਂ 15 ਬੰਦੇ ਇਹ ਕਹਿ ਰਹੇ ਹੈ ਕਿ ਸਾਡੇ ਘਰ ਚੋਰੀ ਹੋਈ ਹੈ ਜਾਂ ਸਾਡੇ ਨਾਲ ਵਾਰਦਾਤ ਹੋਈ ਹੈ ਇਹ ਹਾਲਾਤ ਹੈ ਜੀ ਪ੍ਰਸ਼ਾਸਨ ਦੇ ਰਾਜਪੁਰੇ ਦੇ ਵਿੱਚ ਨਹੀਂ ਬਸ 30 ਚੋਂ 15 ਬੰਦਿਆਂ ਦੇ ਨਾਲ ਤਾਂ ਹੋਊਗੀ ਦੇਖੋ ਤੁਸੀਂ ਹਾਂਜੀ ਮੋਹਲਾ ਇੱਕੋ ਘਰ ਹੈਗਾ ਹਰ ਕਿਸੇ ਦੇ ਘਰ ਕੁਛ ਨਾ ਕੁਛ ਹੋ ਰਿਹਾ ਕਿਹਦੀ ਕਿਹਦੀ ਹੁਣ ਕਰੀਏ ਇਹ ਤਾਂ ਇੱਕ ਮਹੱਲੇ ਦਾ ਹਾਲ ਹੈ ਜੀ ਤੁਸੀਂ ਦੇਖੋ ਰਾਜਪੁਰੇ ਦੇ ਕੋਈ ਸੁਣਵਾਈ ਨਹੀਂ ਹੋ ਰਹੀ ਕਿਤੇ ਤੁਸੀਂ ਕੀ ਕਹਿਣਾ ਚਾਹੋਗੇ ਪ੍ਰਧਾਨ ਜੀ ਇਸ ਬਾਰੇ ਦੇਖੋ ਮੈਂ ਇੰਨੀ ਗੱਲ ਕਹਿ ਸਕਦਾ ਵੀ ਰਾਜਪੁਰੇ ਚ ਲਾ ਐਂਡ ਆਰਡਰ ਬਿਲਕੁਲ ਸਥਿਤੀ ਖਤਮ ਹੋ ਚੁੱਕਿਆ ਮੈਂ ਤਾਂ ਇਹ ਗੱਲ ਕਹਿ ਸਕਦਾ ਰੋਜ਼ ਹੀ ਕਿਸੇ ਕਈ ਲੇਡੀਜ਼ ਦੇ ਵਾਲੀਆਂ ਉੱਤਰ ਰਹੀਆਂ ਕਈਆਂ ਦੇ ਚਾਈਨਾ ਉੱਤਰ ਰਹੀਆਂ ਰੋਜ਼ ਕਈ ਹੁਣ ਤੁਸੀਂ ਦੇਖ ਲਓ ਇੱਥੇ ਗੱਡੀ ਸਵੇਰੇ ਚੋਰੀ ਹੋ ਗਈ ਅਤੇ ਕੱਲ੍ਹ ਸਾਡੇ ਇੱਥੇ ਮਾਵਿਨ ਮਾਰਕੀਟ 'ਚ ਮੋਬਾਈਲਾਂ ਦੇ ਦੁਕਾਨ 'ਤੇ ਸਰੇਆਮ ਚੋਰੀ ਹੋਈ ਹੈ ਉੱਥੇ ਵੀ ਮੈਂ ਜਾ ਕੇ ਆਇਆ ਅਤੇ ਰਾਜਪੁਰੇ 'ਚ ਮੈਂ ਇੰਨੀ ਗੱਲ ਕਹਿ ਸਕਦਾ ਵੀ ਇਹ ਜਦੋਂ ਦੀ ਇਹ ਸਰਕਾਰ ਆਈ ਹੈ ਆਮ ਆਦਮੀ ਪਾਰਟੀ ਦੀ ਉਸ ਦਿਨ ਦਾ ਇਹ ਕੰਮ ਚੱਲ ਰਿਹਾ ਪੂਰੇ ਚੱਲ ਤਾਂ ਪੂਰੇ ਪੰਜਾਬ ਵਿੱਚ ਰਿਹਾ ਪਰ ਮੈਂ ਜਾਖੜ ਸਾਹਿਬ ਵੀ ਆਇਆ ਸੀ ਕੱਲ੍ਹ ਉਹਨਾਂ ਨੂੰ ਵੀ ਦੱਸਿਆ ਵੀ ਸਭ ਤੋਂ ਵੱਧ ਜਿਹੜਾ ਇਹ ਲੁੱਟ ਖੋਹ ਸਾਰੇ ਚੋਰੀਆਂ ਇਹ ਰਾਜਪੁਰੇ 'ਚ ਹੋ ਰਹੀ ਹੈ ਇਹ ਸਾਰੀ ਇਹ ਜਿਹੜੀ ਮੈਂ ਹੁਣ ਰਾਜਨੀਤਿਕ ਕੋਈ ਗੱਲ ਨਹੀਂ ਕਰਨ ਜਾਂਦਾ ਵੀ ਇਹ ਆਪ ਰਲੇ ਹੋਏ ਨੇ ਜਿਹੜੇ ਇੱਥੇ ਦੇ ਐਮ ਐਲ ਏ ਦੇਖੋ ਜੀ ਕਮੈਂਟ ਵੀ ਆ ਰਹੇ ਹੈ ਲੋਕ ਰਾਤ ਦਾ ਵੀ ਦੱਸ ਰਹੇ ਵੀ ਸਾਡੀ ਕਾਰ ਚੋਰੀ ਹੋਈ ਇੱਕ ਕਹਿੰਦਾ ਸਾਡੇ ਘਰ ਹੋਈ ਇੱਕ ਕੱਲ੍ਹ 4-6 ਵਜੇ ਭੋਗਲਾ ਰੋਡ ਤੇ ਲੁੱਟਿਆ ਗਿਆ ਇਹ ਕੱਲ ਕੱਲ ਦੀਆਂ ਵਾਰਦਾਤਾਂ ਜੀ ਕਮੈਂਟ ਕਰਕੇ ਦੱਸ ਰਹੇ ਜੀ ਲੋਕ ਨਾਲ ਦੇ ਨਾਲ ਲਾਈਵ ਚ ਬਹੁਤ ਹੋ ਰਿਹਾ ਹੋ ਕੀ ਰਿਹਾ ਪੁਲਿਸ ਪ੍ਰਸ਼ਾਸਨ ਸੁੱਤਾ ਹੋਇਆ ਸਮਝ ਨਹੀਂ ਆ ਰਹੀ ਕੋਈ ਸੁਣਵਾਈ ਨਹੀਂ ਹੋ ਰਹੀ ਕਿਸੇ ਦੀ ਇਹਨਾਂ ਨੇ ਐਮ ਐਲ ਏ ਨੇ ਥਾਣੇ ਠੇਕੇ ਤੇ ਚੜਾਏ ਹੋਏ ਆ ਕਿਹਦੇ ਕੋਲ 4 ਲੱਖ ਕਿਹਦੇ ਕੋਲ 3 ਲੱਖ ਇਹ ਤਾਂ ਕੰਮ ਚੱਲ ਰਿਹਾ ਇੱਥੇ ਸੜਕਾਂ ਤੇ ਆਓ ਇਹਨਾਂ ਦੇ ਖਿਲਾਫ਼ ਜਲੂਸ ਕੱਢੋ ਤਾਂ ਇਹ ਸਿੱਧੇ ਹੋਣਗੇ ਨਹੀਂ ਤਾਂ ਤੁਹਾਡੇ ਨਾਲ ਵਾਰਦਾਤਾਂ ਹੁੰਦੇ ਰਹਿਣਗੀਆਂ।
ਤੁਸੀਂ ਦੇਖ ਲੋ ਸਾਰਿਆਂ ਦੇ ਸਾਰੇ ਹੀ ਕਹਿ ਰਹੇ ਨੇ ਮੈਂ ਕੋਈ ਗੱਲ ਨਹੀਂ ਸੇਫ ਨਹੀਂ ਕਰ ਰਿਹਾ ਮੈਂ ਸਵੇਰੇ ਗਏ ਸੀ ਪਹੁੰਚਿਆ ਉਹਨਾਂ ਚੋਂ ਭੱਜ ਗਏ ਸਾਰਾ ਛੱਡ ਕੇ ਹੋ ਜਾਏ ਤੁਸੀਂ ਵੀ ਰਹੇ ਹੋ ਇੱਥੇ ਕਿੰਨਾ ਵਧੀਆ ਬਿਲਕੁਲ 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 ਜੀ ਦੇਖੋ ਬੰਦੇ ਕਿੰਨੇ ਖਣੇ ਆ 15-20 ਬੰਦਿਆਂ ਦੇ ਆਪਣੇ ਖੁਦ ਨਾਲ ਚਾਰ ਦਿਨ ਪਹਿਲੇ ਦਿਨ ਦਿਹਾੜੇ ਨੂੰ ਨਾ ਦੋ ਲੇਡੀਜ਼ ਆ ਰਹੇ ਸੀ ਥੱਪੜ ਮਾਰੇ ਦੇ ਵਾਲੀਆਂ ਉਤਾਰ ਕੇ ਇਸੇ ਚੌਂਕ ਜੀ 5-6 ਕੈਂਡ ਹੋਣੇ ਦਿਨ ਦਿਹਾੜੇ 4 ਵਜੇ ਦੇ ਟਾਈਮ ਤੇ ਅਸ਼ੋਕ ਦੇ ਘਰ ਕੇ 4 ਕਿੰਨੇ ਘਰ ਉਹ ਆਰ ਨੇ ਜਿਹਨੇ ਲਗਾ ਕੇ ਜਿਹਨੇ ਵਾਲੇ ਉਤਾਰੇ ਨੇ 4 ਵਜੇ ਹਾਂ ਹਾਂ ਕਿੰਨੇ ਘਰ ਦੀਏ ਨਾਲੇ ਬੈਠੇ ਪਿੱਛੇ ਸੱਚੇ ਦੇ ਘਰ ਦੇ ਕੋ 4 ਵਜੇ ਦੇ ਦੱਸਿਆ ਦਾ ਕਰੋ ਕੁਝ ਸੇ ਨਹੀਂ ਨਹੀਂ ਉਹ ਆ ਕੇ ਵਧੀਆ ਪਿਛਲੀ ਵਾਰ ਉਹਨੇ ਦੇਖਦੇ ਆਉਣਾ ਸਾਰੇ ਸਾਰੇ ਦੇਖੋ ਉਹਨੇ ਕਿਹੜੀ ਮੁਰਦੀਆਂ ਉਤਰ ਗੱਡੀਆਂ ਸਾਈਡਾਂ ਵੀ ਚਲੇ ਗਏ ਸਾਰੇ 4 ਵਜੇ ਦੀ ਦਿਹਾੜੇ 4 ਵਜੇ ਦੀ ਦਿਹਾੜੇ ਆਓ ਜੀ ਸੁਣੋ ਉਤਾਰ ਕੇ ਥੱਪੜ ਮਾਰੇ ਨੇ ਲਾਈ ਉਹ ਮਾੜਾ ਬੁਲਾ ਆਪਣੇ ਘਰ ਗਈ ਚਾਹ ਪੀਤੀ ਮੇਰੀ ਪਾਣੀ ਬੱਤੀ ਰਹਿੰਦੇ ਪਿੱਛੇ ਉੱਥੇ ਜਾ ਰਹੀ ਸੀ ਹਾਲੇ 2 ਕਦਮ ਚੱਲੀ ਹੈ ਮੈਂ ਜਿੱਥੇ ਆਈ ਉਹਨਾਂ ਨੇ ਘਰ ਹੈ ਸੇਠੀ ਸਾਹਿਬ ਦਾ ਘਰ ਹੈ ਨਾ ਉੱਥੇ ਤੱਕ ਪਹੁੰਚੀ ਸੀ ਪਤਾ ਨਹੀਂ ਪਿੱਛੋਂ ਆਏ ਥੱਪੜ ਇੰਨੀ ਜ਼ੋਰ ਦਾ ਮਾਰਿਆ ਅਤੇ ਖਿੱਚ ਕੇ ਲੈ ਗਏ ਦੋਵੇਂ ਇੱਕ ਤਾਂ ਜ਼ਖਮ ਹੋ ਗਿਆ ਸੀ ਖੂਨ ਹੋ ਗਿਆ ਸੀ ਕੰਨਾਂ ਦਾ ਹਾਲ ਦੇਖੋ ਜੀ ਅੱਛਾ ਇੱਕ ਖੁੱਲ ਗਈ ਹੈ ਵਾਲੀ ਓਕੇ ਰੇ ਥੱਪੜ ਕੇ ਲਿਖੋਈ ਇਹ ਵਾਲ ਤੁਸੀਂ ਸਸਦੇਵਾ ਪੱਕੀ ਦੇ ਘਰ ਦੇ ਕੋਲ ਬਾਹਰ ਹੀ ਬੈਠੇ ਸੀ ਦਿਨ ਨੂੰ 11 ਵਜੇ ਚਲੋ ਇੱਥੇ ਤਾਂ ਆਖ ਵੀ ਨਹੀਂ ਸਕਦੇ ਵੀ ਵੋਟਾਂ ਬੇਪਾਓ ਆਮ ਨੂੰ ਇੱਥੇ ਤਾਂ ਵੋਟਾਂ ਹੀ ਆਪਾਂ ਪੈਣ ਸਾਰੇ ਸਾਡਾ ਘਰ ਹੈ ਪਰਿਵਾਰ ਹੈ
ਚਲੋ ਕਰ ਦੂ ਕੁਛ, ਤੂੰ ਦੱਸਿਆ ਤਾਂ ਕਰੋ ਨਾ, ਇਹ ਦਫ਼ਤਰ ਸਾਰਾ ਨੀ ਬੈਠੇ ਹੋਣਾ, ਤੂੰ ਦੱਸਿਆ ਤਾਂ ਕਰੋ ਯਾਰ। ਮੈਂ ਸਵੇਰੇ 6 ਵਜੇ ਲੰਘ ਗਿਆ ਇੱਥੋਂ, ਸੁੰਦਰ ਦਾ ਮੁੰਡਾ ਬਾਹਰ ਝਾੜੂ ਮਾਰ ਰਿਹਾ ਸੀ, ਕਿਸੇ ਨੂੰ ਕੋਈ ਪਤਾ ਨੀ, ਮੈਂ ਲੰਘ ਗਿਆ ਰੂਟੀਨ ਚ ਮੇਰੀ ਆਦਤ, ਮੈਂ ਸਵੇਰੇ 5-5:30 ਵਜੇ ਆ ਜਾਣਾ, ਕਿਉਂਕਿ ਜਿਹੜੀਆਂ ਜਿੰਨੀਆਂ ਵਾਰਦਾਤਾਂ ਹੋ ਰਹੀਆਂ ਨੇ ਉਹਦੇ ਦੇਖਦੇ ਹੋਏ ਮੈਂ 6 ਵਜੇ ਦਾ ਸੁੰਦਰ ਨਰਿੰਦਰ ਜੀ ਇਹ ਗੱਲ ਸੁਣ ਲਓ, ਇਹਦਾ ਹੱਲ ਕੱਢੋ, ਨਹੀਂ ਤਾਂ ਅਸੀਂ ਸੜਕਾਂ ਤੇ ਉਤਰਾਂਗੇ ਸਾਰੇ। ਬਿਲਕੁਲ ਬਿਲਕੁਲ, ਮੈਂ ਕਹਿ ਰਿਹਾ ਤੁਹਾਨੂੰ, ਸਾਨੂੰ ਇਹ ਦੇਖ ਲੋ ਕਿੰਨੇ ਬੰਦੇ ਖੜੇ ਆ ਤੇ ਤਕਰੀਬਨ ਹੋਇਆ ਹੀ ਹੈ ਕਿਤੇ ਨਾ ਕਿਤੇ ਕੁਝ ਕੀ ਹੋ ਗਿਆ। ਆਓ ਐਮਐਲਏ ਦੇ ਘਰ ਦੇ ਬਾਹਰ ਦੀ ਗੱਲ ਹੈ, ਮਾੜਾ ਜਿਹਾ ਦੱਸ ਸਰ ਜੀ, ਐਮਐਲਏ ਦੇ ਘਰ ਦੇ ਬਾਹਰ ਮੇਰੀ ਕੁੜੀ ਦਾ ਫੋਨ ਖਿੱਚ ਕੇ ਗਏ ਨੇ, ਉਹਦਾ ਵੀ ਤੇ ਉਹਦੀ ਸਹੇਲੀ ਦਾ ਵੀ। 15,000 ਰੁਪਏ ਦਾ ਉਹਦਾ ਫੋਨ ਸੀ ਦੀਵਾਲੀ ਤੇ ਲਿਆ, 30,000 ਰੁਪਏ ਦਾ ਉਹਦੀ ਸਹੇਲੀ ਦਾ ਫੋਨ ਸੀਗਾ, 2.5 ਤੋਲੇ ਦੀ ਉਹਨੇ ਚੈਨ ਪਾਈ ਹੋਈ ਸੀ ਉਹਦੀ ਸਹੇਲੀ ਨੇ, ਇਹ ਮੇਰੇ ਕਹਿੰਦੇ 10 ਹਫ਼ਤੇ ਵੀ ਨੀ ਹੋਏ। ਐਮਐਲਏ ਇਹ ਨੀਨਾ ਮਿੱਤਲ ਜੀ ਇੱਥੇ ਲਾਇਓ ਲਾਵਾ। ਮੈਂ ਹਲਕਾ ਰਾਜਪੁਰਾ ਦੇ ਲੋਕਾਂ ਨੂੰ ਅਪੀਲ ਕਰਦਾ, ਕਿਸੇ ਨਾਲ ਵੀ ਕੋਈ ਧੱਕਾ ਹੁੰਦਾ, ਕੋਈ ਲੁੱਟਕੋ ਹੁੰਦੀ ਹੈ, ਕੋਈ ਕੁਛ ਹੁੰਦਾ, ਤੁਸੀਂ ਸਾਨੂੰ ਆ ਕੇ ਮਿਲੋ, ਮੇਰਾ ਨੰਬਰ ਤੁਸੀਂ ਲੈ ਲਓ, ਸਾਰੇ ਨੂੰ ਤੁਹਾਡੇ ਕੋਲ ਪਹਿਲੀ ਗੱਲ ਤਾਂ ਨੰਬਰ ਹੈਗਾ, ਦਫ਼ਤਰ ਵੀ ਹੈਗਾ, ਮੈਨੂੰ ਇੱਕ ਵਾਰ ਜ਼ਰੂਰ ਦੱਸੋ ਕਿਤੇ ਵੀ ਤੁਹਾਡਾ ਧੱਕਾ ਹੁੰਦਾ, ਕੁਛ ਹੁੰਦਾ, ਕੋਈ ਲੁੱਟਕੋ ਹੁੰਦੀ ਹੈ, ਮੇਰੇ ਕੋਲ ਆਓ ਜ਼ਰੂਰ, ਪਲੀਜ਼, ਥੈਂਕ ਯੂ।